कुंदन ठीक की गल बात रही। मेरी नू ने तारे ने आज कने कतल किया है। किता किता जी? मेरी घरवाली का। क्यों किता? भी वो वेखती ही भी आरजा आरजा नहीं हर रहा उन्होंने मार दिया। तेरे मुंडे का यार दोस्त बना हुआ पग वट। ठीक है, तो क्यों कतल किया, की कारण से? मैं अड़ता ही नहीं। ਨਾਲ ਕਿੰਨੇ ਕਿ ਤੁਹਾਡੇ ਬੇਟੇ ਦਾ ਉਹ ਯਾਰ ਦੋਸਤ ਸੀ ਪੱਗ ਵੱਟ ਭਰਾ ਸੀ ਭਰਾ ਬਣਾ ਵਾ ਸੀ ਅੜਦਾ ਨਹੀਂ ਮੇਰੇ ਘਰ ਦੇ ਕਹਿੰਦੇ ਸੀ ਅੜ ਜਾ ਨਹੀਂ ਅੜਦਾ ਤੇ ਕੀ ਸੰਬੰਧ ਸੀ ਤੁਹਾਡੀ ਨੌ ਦੇ ਨਾਲ ਧਾਰਾ ਸਿੰਘ ਦੇ ਉਹਦੇ ਨਾਲ ਗਲਤ ਹੁਣ ਕੀ ਚਾਹੁੰਦੇ ਆ ਪ੍ਰਸ਼ਾਸਨ ਤੋਂ ਆਪਾਂ ਕਹਿੰਦੇ ਆ ਮੈਂ ਜਿੰਨੀ ਹਜ਼ਾਰ ਜਿੰਨੀ ਵੀ ਆਇਆ ਪੰਪ ਦੇਣੀ ਤੁਹਾਡੀ ਨੌਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਾਂ ਨਹੀਂ? ਕਰ ਲਿਆ ਕਰ ਲਿਆ। ਧਾਰਾ ਸਿੰਘ ਜਿਹੜੇ ਆਸ਼ਿਕ ਸੀਗੇ ਉਹ ਤੁਹਾਡੀ ਨੌਂ ਦੇ? ਹਾਂ ਉਹ ਨਹੀਂ ਹੋਇਆ। ਉਹ ਨਹੀਂ, ਉਹ ਕਿੱਥੇ ਇਸ ਟਾਈਮ? ਲੁਕਿਆ ਫਿਰਦਾ। ਲੁਕਿਆ ਹੈ। ਤੁਹਾਡਾ ਬੇਟਾ ਤੁਹਾਡੇ ਨਾਲ? ਹਾਂ ਅਨਿਕਾ ਨਾਲ। ਵੱਡਾ? ਵੱਡਾ ਹੈਗਾ ਪਰ ਨਾਲ ਮੈਂ ਦੂਜਾ ਸ਼ਰਾਵਣ ਦੀ ਕੋਸ਼ਿਸ਼ ਕੀਤੀ ਉਹਨੂੰ ਵੀ ਮਾਰਦਾ। ਠੀਕ ਹੈ। ਹਾਂਜੀ ਮੇਰੇ ਭਰਜਾਈ ਹਾਂਜੀ ਅਤੇ ਉਹਨਾਂ ਆਸ਼ਿਕ ਨੇ ਕਤਲ ਕੀਤਾ ਮੇਰੀ ਮੰਮੀ ਦਾ ਰਲ ਕੇ ਯਾਰ ਮਾਰ ਕੀਤੀ ਮੇਰੇ ਭਰਾ ਦਾ ਪੱਗ ਵੜ ਯਾਰ ਬਣਾ ਸੀ। ਕੌਣ ਬਣਿਆ ਸੀ ਯਾਰ ਮਾਰ? ਤਾਰਾ ਸਿੰਘ। ਠੀਕ ਹੈ, ਕੀ ਰਿਲੇਸ਼ਨ ਸੀ ਉਹਨਾਂ ਦੇ ਆਪਸ 'ਚ? ਪਿਆਰ ਕੀ ਸੀ? ਘਰੇ ਆਉਂਦਾ ਜਾਂਦਾ ਸੀ, ਥਾਲੀ ਸ਼ੇਕ ਕੀਤਾ ਸੀ ਅਤੇ ਉਹਨਾਂ ਜਣ ਹਟਦਾ ਨਹੀਂ ਸੀ, ਕਹਿੰਦਾ ਮੈਂ ਹਟਣਾ ਨਹੀਂ, ਜੋ ਮਰਜ਼ੀ ਹੋ ਜਾਵੇ ਆਉਣਾ ਹੀ ਆਉਣਾ, ਮੇਰਾ ਘਰ ਹੈ, ਮੇਰਾ ਸਭ ਕੁਛ ਹੈ, ਮੈਂ ਇੱਥੇ ਆਉਣਾ ਹੀ ਹੈ, ਮੇਰੀ ਘਰਵਾਲੀ ਹੈ, ਮੈਂ ਆਉਣਾ ਹੀ ਆਉਣਾ, ਜੋ ਹੁੰਦਾ ਕਰ ਲਓ, ਕੁਛ ਜਿੰਨਾ ਕੁਛ ਹੁੰਦਾ ਕਰ ਲਓ, ਉਹਨਾਂ ਜੇਲ੍ਹਾਂ ਦੇਖੀ ਮੈਂ ਸਭ ਕੁਛ ਦੇਖਿਆ, ਮੈਂ ਆਉਣਾ ਹੀ ਆਉਣਾ। ਤੇ ਤੇਰੀ ਮਾਂ ਦਾ ਕਤਲ ਕਿਉਂ ਕੀਤਾ ਉਹਨਾਂ ਨੇ ਦੋਵਾਂ? ਮੇਰੀ ਮਾਂ ਨਾਲ ਨਜ਼ਰ ਲੱਗਦੀ ਸੀ, ਮੇਰੀ ਨੂੰਹ ਨਾਲ ਗਲਤ ਹੈ, ਮੇਰੀ ਮਾਂ ਕੋਲ ਜਰਾ ਨਹੀਂ ਜਾਂਦਾ ਸੀ ਅਤੇ ਮਾਂ ਮੇਰੀ ਗਾਲਾਂ ਕੱਢਦੀ ਸੀ, ਕੁੱਤਿਆ ਤੋਂ ਫਲਾਣਾ ਸਾਡੇ ਕਰਾਉਣਾ ਹੈ, ਉਹ ਗਾਲਾਂ ਕੱਢਦੇ ਸੀ, ਕੁੱਟ ਜਾਂਦਾ ਸੀ, ਘਰੇ ਕੁੱਟ ਜਾਂਦਾ ਸੀ ਦੂਰੋਂ ਆ ਕੇ, ਅਤੇ ਪੰਚਾਇਤ ਰੁਕਦੀ ਨਹੀਂ, ਕੋਈ ਡੱਕਦਾ ਨਹੀਂ ਸੀ, ਕੋਈ ਛਡਾਉਂਦਾ ਨਹੀਂ ਸੀ, ਕੋਈ ਗੁਆਂਢੀ ਗੁਆਂਢੀ ਛਡਾਉਂਦਾ ਨਹੀਂ ਸੀ, ਵੇਖਣ ਨੇ ਤਮਾਸ਼ਾ ਵੇਖਦੇ ਸੀ, ਕੋਈ ਛਡਾਉਣ ਵਾਲਾ ਹੈ। ਰਲ ਕੇ ਕਤਲ ਕੀਤਾ ਜੀ? ਕਤਲ ਕੀਤਾ, ਦੋਵਾਂ ਜਣਾ ਕੀਤਾ। ਕੌਣ ਕੌਣ? ਮੇਰੀ ਭਾਬੀ ਅਤੇ ਤਾਰਾ ਸਿੰਘ, ਉਹਦਾ ਆਸ਼ਿਕ, ਆਸ਼ਿਕ ਨੇ ਕਤਲ ਕੀਤਾ ਮੇਰੇ ਮੰਮੀ ਦਾ, ਪ੍ਰਕਾਸ਼ ਕੌਰ ਦਾ। ਕਿਉਂ ਕੀਤਾ? ਇੰਨਾ ਕੁ ਜਰਾ ਨਹੀਂ ਜਾਂਦਾ ਸੀ ਮੇਰੇ ਮੰਮੀ ਕੋਲੋਂ, ਵੀ ਕਿਉਂ ਇਹਦੇ ਨਾਲ ਗਲਤ ਕੰਮ ਕਰਦਾ ਰਹਿੰਦਾ ਹੈ। ਤੇਰੇ ਭਰਾ ਦਾ ਤਾਰਾ ਸਿੰਘ ਕੀ ਲੱਗਦਾ ਸੀ? ਪੱਗਵੜ ਯਾਰ ਬਣਾ ਮੇਰੇ ਭਰਾ, ਉਹਨੇ ਕਿਹਾ ਸੀ ਵੀ ਹਟ ਜਾ ਮੇਰੇ ਭਰਾ ਨੇ ਕਿਹਾ ਸੀ ਨਹੀਂ ਹਟਾਂ, ਅਤੇ ਉਦੋਂ ਬਾਅਦ ਗੋਲੀਆਂ ਨੂੰ ਪਾ ਦਿੰਦੀ ਸੀ ਰਾਤ ਨੂੰ, ਉਹ ਸੌ ਜਾਂਦਾ ਸੀ, ਕਦੇ ਦਾਰੂ ਪੀ ਕੇ ਸੌ ਜਾਂਦਾ ਸੀ, ਕਦੇ ਗੋਲੀਆਂ ਨੂੰ ਪਤਾ ਨਹੀਂ ਲੈ ਜਾਂਦੇ ਕਿੱਥੇ ਪੈਣ ਕਿੱਥੇ ਨਹੀਂ, ਦਿਨ ਪਰ ਰਾਤ ਬੁੜੀ ਦੋ ਨਜ਼ਾਰੇ ਲੈਂਦੇ ਸੀ, ਆਸ਼ਕ ਦੇ ਸਿਮਰ ਕੌਰ ਨਜ਼ਾਰੇ ਲੈਂਦੇ ਸੀ, ਮੇਰੇ ਭਾਬੀ ਤੋਂ ਮੈਂ ਨਜ਼ਾਰੇ ਲੈਂਦੇ ਸੀ, ਨਾ ਪਤਾ ਮੇਰੀ ਮਾਂ ਨੂੰ ਪਤਾ ਲੱਗ ਗਿਆ, ਉੱਠ ਪੈਂਦੀ ਸੀ 4 ਵਜੇ, ਉਹਨੂੰ ਵਹਿੰਦਾ ਰਹਿੰਦਾ ਸੀ ਅਤੇ ਉਹਨੂੰ ਗਾਲਾਂ ਕੱਢਦਾ ਸੀ, ਅਤੇ ਉਹ ਬਾਅਦ 'ਚ ਕਹਿੰਦਾ ਸੀ ਜਿਹੜਾ ਵੀ ਮੈਨੂੰ ਟੱਕਰੇਗਾ ਮੈਂ ਮਾਰ ਦੇਣਾ, ਅਤੇ ਜਿਹੜਾ ਮੈਨੂੰ ਛਡਾਊਗਾ ਮੈਨੂੰ ਮਾਂ ਪਿਓ ਛਡਾਵੇਗਾ ਉਹਨਾਂ ਦਾ ਮੈਂ ਕਤਲ ਜਾਂ ਮਾਰ ਦਿਆਂਗਾ, ਅਤੇ ਜਿਹੜਾ ਆਂਢੀ ਗੁਆਂਢੀ ਛਡਾਵੇਗਾ ਮੈਂ ਉਹਨਾਂ ਦਾ ਪਰਚਾ ਕਰਾਂ ਦਾ ਜਾਂ ਕੁੱਟਾ ਮਾਰਾਂ ਦਾ ਜਾਂ ਹੁੰਦਾ ਮੈਂ ਜੋ ਕਰਾਂਗਾ ਮੈਂ ਸਭ ਕੁਛ ਦੇਖਾਂ। ਫਿਰ ਮਾਮਲਾ ਇਸ ਤਰ੍ਹਾਂ ਦੀ, ਕੱਲ੍ਹ ਕੁੰਦਨ ਸਿੰਘ ਨੇ ਇਤਲਾਹ ਦਿੱਤੀ ਕਿ ਉਹਦਾ ਲੜਕਾ ਵਾ ਇੱਕ ਰਾਜ ਸਿੰਘ, ਉਹਦੇ ਉਹਦਾ ਦੋਸਤ ਸੀ ਇੱਕ ਤਾਰਾ ਸਿੰਘ, ਉਹਨਾਂ ਦੇ ਇੱਕ ਤਾਰਾ ਸਿੰਘ ਕੁੰਦਨ ਸਿੰਘ ਦੇ ਘਰ ਹੁੰਦਾ, ਇਸੇ ਦੌਰਾਨ ਤਾਰਾ ਸਿੰਘ ਦੇ ਮਦਈ ਕੁੰਦਨ ਸਿੰਘ ਦੀ ਨੂੰਹ ਦੇ ਨਾਲ ਉਹਦੇ ਸਿਮਰ ਕੌਰ ਨਾਲ ਨਜਾਇਜ਼ ਸੰਬੰਧ ਹੋ ਗਏ। ਇਹਨਾਂ ਨਜਾਇਜ਼ ਸੰਬੰਧਾਂ ਦਾ ਜਦੋਂ ਮਦਈ ਦੀ ਪਤਨੀ ਨੂੰ ਪਤਾ ਲੱਗਾ ਪ੍ਰਕਾਸ਼ ਕੌਰ ਨੂੰ, ਉਹ ਇਹਨਾਂ ਨੂੰ ਰੋਕਦੀ ਸੀ, ਕੁਝ ਦਿਨ ਪਹਿਲਾਂ ਕਿਤੇ ਉਹਨਾਂ ਦੇ ਘਰ ਆਇਆ ਕਿ ਪਤਨੀ ਇਹਨੇ ਮ੍ਰਿਤਕ ਆ ਜਿਹੜੀ ਹੈਗੀ ਪ੍ਰਕਾਸ਼ ਕੌਰ, ਉਹਨੇ ਇਹਨਾਂ ਨੂੰ ਰੋਕਿਆ, ਰੋਕਣ ਤੋਂ ਇਸੇ ਗੱਲ ਤੋਂ ਉਹਦੀ ਕੁੱਟਮਾਰ ਕੀਤੀ ਡੰਡਿਆਂ ਨਾਲ ਅਤੇ ਪਸੰਦਾਂ ਨਾਲ, ਕੁੱਟਣ ਜੇ ਉਸੇ ਕੁੱਟਮਾਰ ਦੇ ਅਤੇ ਉਹਨਾਂ ਸੱਟਾਂ ਦੇ ਨਾਲ ਹੀ ਕੱਲ੍ਹ ਉਹਦੀ ਆ ਮੌਤ ਹੋ ਗਈ ਪ੍ਰਕਾਸ਼ ਕੌਰ ਦੀ, ਜਿੱਥੇ ਮੁਕੱਦਮਾ ਦਰਜ ਕਰਕੇ ਤਫਤੀਸ਼ ਮਤ ਲਿਆਂਦੀ ਆ, ਤਫਤੀਸ਼ ਦੌਰਾਨ ਜਿਹੜੀ ਹੈਗੀ ਸਿਮਰ ਕੌਰ ਉਹਨੂੰ ਗ੍ਰਿਫਤਾਰ ਕਰ ਲਿਆ ਵਾ, ਅਤੇ ਜਿਹੜਾ ਦੂਜਾ ਤਾਰਾ ਸਿੰਘ ਆ ਉਹ ਜੇ ਫਰਾਰ ਵਾ, ਉਹਨੂੰ ਗ੍ਰਿਫਤਾਰ ਕਰਨ ਲਈ ਪਾਰਟੀਆਂ ਭੇਜੀਆਂ ਜਲਦੀ ਤੋਂ ਜਲਦੀ ਗ੍ਰਿਫਤਾਰ। ਇਹਨਾਂ ਦੀ ਕਿਹੜੀ ਤਾਰਾ? ਮੁਕੱਦਮਾ ਜਿਹੜਾ ਧਾਰਾ 302 34 IPC ਦੇ ਵਿੱਚ ਦੋਵਾਂ 'ਤੇ ਦਰਜ। Subscribe to our YouTube channel News DNN by clicking the bell icon. Don't forget to like, comment and share.